ਬਲੋ ਜਿਹੜੇ ਆਜ਼ਾਦਾਰੋ ਆਦਾ ਬਲੋ ਤੋਂ ਪੈ ਚਲਦੇ ਹੋ ਇੱਕ ਰਿਪੀਟ ਕਰੀ ਦੇ ਮੈਂ ਰੋਮਨ ਵਾਲੇ ਆਜ਼ਾਦਾਰੋ ਸਰਕਾਰੇ ਅਬਾਸ ਦਾ ਇੱਕ ਬੇਟਾ ਹੈ ਜਿਹਨਾਂ ਨਾਂ ਉਬੈਦੁੱਲਾ ਵਤਨ ਤੇ ਰਹਿ ਗਿਆ ਰੋਜ਼ਾਨਾ ਸ਼ਹਿਜ਼ਾਦਾ ਡਾਡੀ ਕੋਲ ਆ ਕੇ ਪੁੱਛਿਆ ਡਾਡੀ ਮੈਂ ਕੋ ਨਵਾਂ ਲਿਬਾਸ ਕਦਾਂ ਪਵੈ ਸੀ ਜਵਾਬ ਵਿੱਚ ਸਹਿਣ ਆਖਿਆ ਉਬੈਦੁੱਲਾ ਦੇਹਦਾ ਰਹਿ ਜਦਾਂ ਤੁਹਾਡਾ ਬਾਬਾ ਵੱਲ ਆਇਆ ਮੈਂ ਤੇ ਕੋ ਨਵਾਂ ਲਿਬਾਸ ਪਵੈ ਸੀ ਖੜੇ ਬੰਦੇ ਤੱਕ ਆਵਾਜ਼ ਆ ਰਹੀ ਹੈ ਉੱਥੇ ਹੀ ਆਇਆ ਵੈ ਸੀ ਤਾਰੀਖਾ ਦੀ ਰੋਜ਼ਾਨਾ ਇਹ ਸ਼ਹਿਜ਼ਾਦਾ ਸੁਬਹੋ ਤੋਂ ਘਿਨ ਕੇ ਸ਼ਾਮ ਤੱਕ ਮਦੀਨੇ ਦੇ ਚੌਕ ਵਿੱਚ ਖੜਦਾ ਸ਼ਾਮ ਹੋਇਆ ਵਾਪਸ ਵੱਲ ਹੋਇਆ ਡਾਡੀ ਅੱਜ ਵੀ ਮੈਡਾ ਬਾਬਾ ਕੋਈ ਨਹੀਂ ਆਇਆ ਮੈਂ ਬਿਲਕੁਲ ਨੇੜੇ ਲਾਉਂ ਅੱਜ ਰਬੀ ਉਲ ਅਵਲ ਦੀ ਅੱਠਈ ਦੀਗਰ ਦਾ ਟਾਈਮ ਆਈ ਮਦੀਨੇ ਦਾ ਸ਼ਹਿਰ ਆਈ ਇੱਕ ਐਲਾਨ ਹੋਇਆ ਹੈ ਮਦੀਨੇ ਵਾਲਿਓ ਮਦੀਨੇ ਦੇ ਸਰਦਾਰ ਉਜੜ ਕੇ ਆ ਗਏ ਇਹ ਸ਼ਹਿਜ਼ਾਦਾ ਫੌਰਨ ਦੌੜੇ ਉੱਥੇ ਆਇਆ ਕਿਤੇ ਬਸ਼ੀਰ ਐਲਾਨ ਕਰ ਰਹੇ ਹਨ ਸਾਹਮਣੇ ਆਖਿਆ ਦੇ ਐਲਾਨ ਤੁਸਾਂ ਕੀਤਾ ਜੀ ਮੈਂ ਕੀਤਾ ਸ਼ਹਿਜ਼ਾਦੇ ਦੀ ਪਰੇਸ਼ਾਨ ਹਾਲਤ ਵੇਖ ਕੇ ਬਸ਼ੀਰ ਆਦੇ ਤੂੰ ਕਹਿੰਦਾ ਪੁੱਛਣਾ ਹੈ ਸ਼ਹਿਜ਼ਾਦਾ ਦੇ ਮੈਂ ਆਪਣੇ ਬਾਬੇ ਦਾ ਮੇਰੇ ਨਾਲ ਮੇਰੀ ਡਾਡੀ ਵਾਅਦਾ ਕੀਤਾ ਜਦਾਂ ਮੇਰਾ ਬਾਬਾ ਵੱਲ ਆਇਆ ਮੈਂ ਤਾਂ ਨਵਾਂ ਲਿਬਾਸ ਪਾਵੇ ਸਾਂ ਤੇਰੇ ਬਾਬੇ ਦਾ ਨਾਂ ਕਿਆ ਹੈ ਸ਼ਹਿਜ਼ਾਦਾ ਦੇ ਮੇਰੇ ਬਾਬੇ ਦਾ ਨਾਂ ਅਬਾਸ ਤਵੱਜੋ ਜੋ ਤਾਂ ਹੈ ਆ ਵੈਸੀ ਲਫ਼ਜ਼ੇ ਅਬਾਸ ਆਇਆ ਹੈ ਨਾ ਜ਼ਮੀਨ ਤੇ ਆਇਆ ਹੈ ਤੇ ਗੱਲ ਚ ਬਈ ਪਾ ਕੇ ਆਦੇ ਆਮਦਨ ਖੈਰ ਦੀ ਹੋ ਗਈ ਬਾਬਾ ਮਾਰੇ ਆ ਗਏ ਉਹ ਚੰਗਾ ਲਿਓ ਪੂਰੇ ਮੁਲਕ ਦਾ ਮਜਮਾ ਫੌਰਨ ਸ਼ਹਿਜ਼ਾਦਾ ਦੌੜੇ ਤੇ ਡਾਡੀ ਦੇ ਸਾਹਮਣੇ ਆ ਕੇ ਤੇ ਡਾਡੀ ਮੈਂ ਕੋ ਗੱਲ ਲਾ ਮੇਰਾ ਬਾਬਾ ਸ਼ਹੀਦ ਹੋ ਗਿਆ ਵਿਵਾਦ ਮੁਕੰਮਲ ਕਰਾਂ ਚਾ ਸੈਣ ਔਖੀ ਉੱਠ ਕੇ ਜੰਨਤੁਲ ਬਖੀ ਕਬਰ ਤੇ ਆਈਏ ਤੇ ਛਣ ਕੇ ਪਈ ਆ ਦੇ ਸੈਣ ਜੇ ਤੇਰਾ ਹੁਸੈਨ ਪਾਬੰਦੀਆਂ ਨਾ ਲੈਂਦਾ ਬਲਾ ਜਿਹੜੇ ਹੈ ਬਲਾ ਜਿਹੜੇ ਹੈ ਬਲਾ ਤੋਰੀ ਹੈ ਦੋ ਦਿਨ ਹੋ ਗਏ ਤੁਹਾਨੂੰ ਰੋਂਦੇ ਆ ਕਾਫੀ ਰੋ ਬੈਠੇ ਹੋ ਮੈਂ ਬਹਿਣ ਦੇ ਕਰੀਬ ਪਿਆ ਰੋਮਣ ਵਾਲੇ ਆਜ਼ਾਦਾਰੋ ਇਹ ਐਲਾਨ ਕੀਤਾ ਹੈ ਬਸ਼ੀਰ ਫੌਰਨ ਬਸ਼ੀਰ ਦੇ ਐਲਾਨ ਤੋਂ ਬਾਅਦ ਬਾਰ ਬਾਰ ਭਾਈਜਾਨ ਦਾ ਹੁਕਮ ਆਈ ਤਮੀਲ ਮੈਂ ਜ਼ਰੂਰੀ ਸਮਝਦਾ ਹਾਂ ਚਲੋ ਦੁਆ ਬਾਬੇ ਕੋਲ ਖਿੰਗੀ ਦੀ ਮੈਂ ਹੁਣ ਮੈਂ ਕਰ ਰੋਮਣ ਵਾਲੇ ਫੌਰਨ ਇੱਕ ਐਲਾਨ ਥਾਏ ਉਹ ਐਲਾਨ ਕਰਨ ਵਾਲਾ ਅਲੀ ਦਾ ਪੁੱਤਰ ਹੈ ਨਾ ਖੇਸ ਮੁਹੰਮਦ ਹਨਫੀਆ ਐਲਾਨ ਕਰਕੇ ਪਿਆ ਦੇ ਮਦੀਨੇ ਵਾਲਿਓ ਕੋਈ ਬੱਚਾ ਮੈਂ ਕੋ ਗਲੀ ਵਿੱਚ ਨਜ਼ਰ ਨਾ ਆਵੇ ਬੰਦੇ ਸਾਹਮਣੇ ਆ ਕੇ ਦਿਨ ਮਨਾ ਜੋ ਕਰੇਂਦੇ ਅਲੀ ਦੀਆਂ ਧੀਆਂ ਵੱਲ ਆਈ ਇੱਕ ਰਿਪੀਟ ਕਰੋ ਬਾਈ ਭੈਣ ਫਰਮੈ ਹਾਂ ਉਹ ਵੱਲ ਆਈਏ ਜੈ ਜੀਂਦਾ ਨਹੀਂ ਬਣੀ ਸੁਣ ਰੋ ਪੈ ਮੈਂ ਰਾਜ਼ੀ ਮਾਲਾ ਰਾਜ਼ੀ ਹੋ ਰੋਮਣ ਵਾਲੇ ਆਜ਼ਾਦਾਰੋ ਦਰਵਾਜ਼ਾ ਖੁੱਲਾ 7 ਸਾਲ ਦੀ ਇੱਕ ਜ਼ੈਫਾ ਹੁਣ ਦਰਵਾਜ਼ੇ ਵਿੱਚੋਂ ਬਾਹਰ ਆਈਏ ਕਹਿੰਦਾ ਹੈ ਕਰ ਛੋੜੀ ਅਗੂ ਅਗੂ ਮੁਹੰਮਦ ਹਨਫੀਆ ਬਿਸਮਿਲ੍ਲਾ ਕਰ ਅਗੂ ਅਗੂ ਮੁਹੰਮਦ ਹਨਫੀਆ ਘੋੜਾ ਟੋਰ ਰਹੇ ਪਿੱਛੋਂ ਮਦੀਨੇ ਦੀਆਂ ਮਸਤੂਰਾਂ ਦਰਮਿਆਨ ਵਿੱਚ ਅਲੀ ਅਕਬਰ ਦੀ ਭੈਣ ਐਸਤਾ ਐਸਤਾ ਕਦਮ ਵਿੱਚ ਮੁਹੰਮਦ ਹਨਫੀਆ ਘੋੜਾ ਰੋਕਾ ਬੀਬੀਆਂ ਦੇ ਕਦਮ ਰੁਕੇ ਅਕਬਰ ਦੀ ਭੈਣ ਰੁਕੇ ਮੁਹੰਮਦ ਹਨਫੀਆ ਉੱਠਾ ਹੈ ਜਿਥਾ ਦੁਖੀਆ ਧੀ ਦੁਖੀਆ ਜੀ ਚਾਚਾ ਬੇਟਾ ਕਦਮ ਨਾ ਚਾਵੇ ਤੇਰੇ ਰਾਹ ਉੱਤੇ ਕੋਈ ਮੁਸਾਫਿਰ ਬੈਠੇ ਇਵੇਂ ਬੀਬੀਆਂ ਕੋ ਹਟਾ ਕੇ ਗੌਰ ਨਾ ਲਿਠਸ ਚਾਚਾ ਜਦਾਂ ਦਾ ਮੇਰਾ ਬਾਬਾ ਟੁਰੇ ਮੈਂ ਤੁਹਾਡੇ ਕੋਲ ਮੰਗਾ ਤਾਂ ਕੁਛ ਨਹੀਂ ਧੀ ਹੋ ਕੇ ਕੁਛ ਮੰਗਾ
منگو فرمایا او جڑا سامنے بیٹھا ہے اگر اے آکھے میں اٹھ نہ سکتا اے کو تکلیف نہ لیوائے بیٹا آج نبی دی سفارش ادی چاچا میں بھلن والی نہیں کانڈ دیکھاں تا سجاد لگ دے بلو بلو جڑے ہے بلو تو ہی ہے کم سائیں 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 کانڈ دیکھاں تا سجاد لگ دے میں جملے چھوڑ کے وین دے نیڑے آ گیا اتھاں آئے محمد حنفیہ بسم اللہ جتھا سید الساجدین زین العابدین سارے بول کے لو سوین کرا اکھیاں چو کیا پہ رون دن خون خون رو کے نا تے ہر سا نالا دن ہائے شان تھوڑی مدد فرمائے بچے میں صدقے ہوں قریب آ کے میں جی قریب آ کے انج میرے دیکھنا ہے سجے کے میرے دیکھنا محمد حنفیہ پہ دن ضعیف میرا سلام اے انج میرے آقا نے چہرہ اتاں کیتا کوئی ہو جی جا کوئی نائی جتھاں زخم نہ ہوئے تڑپ گئے علی دا پتر تو آپ کو کہیں مارے امام فرمائے میں کو ہر کہیں میں کو ہر کہیں مارے میں بیٹھ دے نیڑے ہاں دبار جی بسم اللہ دعا فرمائے ہر کہیں مارے زخمی دل نہیں کرتا تو کو اٹھا ماں پر میں بڑا مجبور ہوں علی دا پتر ہو کے محنت کرتا ایک واری راہ چھوڑ ایک واری راہ چھوڑ میں تڑکتے ڈٹھن شبیر دے آزادار اس جملے تھے ایڈا دکھا جواب دیتا سا علی دا پتر سنبھل نہیں سکا پھر میں نے نہ اٹھا بڑی مدت بعد اپنی مرضی بعد کو رپیٹ کرو بھائی میں صدقے ہوں صدقے ہوں بڑی مدت بعد اپنی مرضی نہ میں کافی حصہ چھوڑ دے مضمون دا میں پیا کر اج بیٹھا مسافر تہاڈی زبان ہلدی ہے میرا دل ہلدا ہے دل میں داد ہے میں گھوڑے تلاواں تہاڈے نال زمین تے بہ کے اچے اچے بیٹھ کراں پر میں مجبور ہاں میرے نال ازل دی پردہ تارے تھوڑا جاگ جاؤ میں خراب زین تو جھک کے پیا دن خون رومن والا مسافر اگر جی میں تک دس دیواں جو میرے نال کون ہے ولا اٹھی پوسو فرمائے جیندی وجہ تو میں کو اٹھین ہے دس تا صحیح تیرے نال ہے کون اکھاں وسیاں محمد حنفیہ دیاں زخمی میرے نال اکبر دی بہن ہے جڑے ہائے کر سکدے ہو رات بعد پئیے باقر دا سہارا گر کے فرمیندے نہ روا میں کلا نہیں میرے نال عباس دی بہن ہے ماتم سارے کر دیا وائے میں بھی کلا نہیں میرے نال عباس دی بہن ہے محمد دا زخمی تیرے میرے پردہ دار ڈھیر سارا فرق ہے سیدا دے کیڑا محمد دا زخمی جڑیاں میرے نال مولا نو کھڑن دیا تد کوئی نہیں بڑے رن پاکر دا بابا سیدا دے نروا کھڑی آلیا بھی کنائی رہی مگر یزید دربار کئی گھنٹیاں دے بعد ہدیہ علی پردہ دار سیدہ دے نہ اٹھا جڑیاں میرے
بعد لہجہ بدل کے آدھے زخمی اگر تیری جا کوئی ہو رونا میں اپنے طریقے نال اٹھائیا سیادہ پاکر میری گن تو چولا چاہ پاکر چولا چایا حلفیا دی زخمہ تے نگاہ پئیے گھوڑے تو لہے آیا اٹھ نہیں سکتا کن کھڑے نا اپنی دھیاں کو میری کن پیچھوں لنگ ولے بزرگو اللہ دے جہان تے پہلا منظر بنائے سکا بھرائے جے کن کی دیے سکی بہنے بابا جی اس پردا بڑھایا جیوے دکھیا دکھے قدم چائے سجا تو مٹی چھوڑ گئی ہے جلدی دنال بن کے دکھیا دے دامن ہاتھ پائے دامن کچھ کیا یہ بی بیا دے کون ہے میں عباسی بھدری جیا سیادہ دے میں کچھ سنیا میں تیرا بھدری جا باکرا موہ چم کے آدھیے آپ والے بابا لی آیا مرحبا ہاتھ نالے تماتم کرنے سیدہ دے نروہ جنے کل پر دے بڑا کہ گزر آئیے یہ میرا بابا ہے سیدہ دے کنجو سیرے کرنا انہاں دے باتوں واسے ہی گوہر کر دے رہا ربن والے عزدارو جلدی دے نال پچھا ولیے ہاتھ جوڑ کے آدھیے نراد نتھی میں بہن سنجانا کوئی نویہ سیدہ دے کوئی نراد نہیں ایک مین بھائی جان جنہیں حیدر نے پائے ہو